उधर ना नाल वाले कमरे च मैं पखा इधर बाहर नू मुंह करके ला रखा सी टेबल फैन ओदा रीजन सीगा एक तां लाया होया सीगा तुसी समझे नहीं भुलिया नहीं मिला के ओहो लाइट गई जमा है दिख नहीं रहे कैमरा थोनू दिखा रहा कमाल है सचियो उधर जमा नेरा है देखो दिखावा देखे माड़ा नगर तो छोलू है ना छोलू कहने ग्रीन कलर के छोले होंगे ने कच्चा भी सवाद लगता मैं कल उ बेबे जब कट रही थी ना मेनू कच्चा ही खाता सी बड़ा सवाद लगे चलो जी सलाद दूसरी जो है इधर बन रहे नींबू पानी कीड़ी का आटा डुल गया लो मैं कर दना छड़ दो इनू मोटिया पेट खराब हो जाना समान खाके हूं धो उठ गए हां तो के दोबारा फेर मारो रे कुछ या अल्लाह हबीबी आ ड्रॉरा से भी मारना है ओ नहीं ओही गंदा नीचे वाला मारता तो के मारना सीगा तुसी आपे दा क्या ड्रॉरा ते मार ड्रॉरा ते मारना है थोड़ी कैसी यही चिकदम चक के मारो ना दोबारा तो फेर मारो चल हो गया कैसी से भाई नहीं बोला नहीं चढ़ नहीं रहे थे नहीं नहीं चंगी तरह नचोड़ गया।
ਥੋੜੇ ਥੋੜੇ ਟਾਈਮ ਮਗਰੋਂ ਨੇ ਤਾਂ ਸਾਰਾ ਦਿਨ ਆਈ ਫੋਨ ਚ ਆਹ ਅਲਾਰਮ ਵੱਜਦਾ ਰਹਿੰਦਾ ਕਿੰਨੇ ਘੰਟੇ ਮਗਰੋਂ ਹਰ 2 ਘੰਟੇ ਬਾਅਦ ਦਵਾਈ ਲੈਣੀ ਇਹਨੂੰ ਦਵਾਈ ਯਾਦ ਕਰਾਉਣ ਨੂੰ ਵੀ ਇਹ ਦਵਾਈ ਲੈਣੀ ਹੈ ਅਲਾਰਮ ਲਾ ਰੱਖਿਆ ਨੇ ਪ੍ਰੀਤ ਲੈ ਵੀ ਲੈਂਦੀ ਹੈ ਅਲਾਰਮ ਨਾਲ ਤੂੰ ਵੀ ਅਲਾਰਮ ਬੰਦ ਹੋ ਜਾਂਦਾ ਉਹ ਲੈ ਹੋ ਜਾਂਦੀ ਹੈ ਹਰ ਮਿੰਟੋ ਮਿੰਟ ਮੈਂ ਵੀ ਮੈਂ ਕਹਿਣਾ ਕਿਹਦਾ ਫੋਨ ਵੱਜਦਾ ਰਹਿੰਦਾ ਮਿੰਟੋ ਮਿੰਟ ਬਾਅਦ ਮੈਨੂੰ ਵੀ ਕੱਲ ਪਤਾ ਲੱਗਿਆ ਵੀ ਅਲਾਰਮ ਲਾ ਰੱਖਿਆ ਸੀ ਨਹੀਂ ਤੁਸੀਂ ਲਾਓ ਫਿਰ ਉਹਨੇ ਉਦੋਂ ਉਦਣ ਤੋਂ ਲਾ ਤੇ ਸੀਗੇ ਹੁਣ ਉਹ ਮਿੰਟ ਹੁੰਦਾ ਨੀ ਹਜੇ ਉਦੋਂ ਪਹਿਲੀ ਵੱਜ ਪੈਂਦਾ ਉਹ 11 ਵਜੇ 2 ਵਜੇ 5 ਵਜੇ ਫਿਰ 7 ਵਜੇ ਮੈਂ ਕਿਹਾ ਪਰ ਮੈਨੂੰ ਦੋ ਕਪੜਾ ਦੇ ਲੈ ਕੇ ਧੋ ਕੇ ਇਹਨਾਂ ਨੇ ਮੈਂ ਹੱਥ ਰੱਖ ਲਿਆ ਹੁਣ ਜਿੱਦਾਂ ਮੇਰਾ ਇਹੀ ਚੱਲ ਰਿਹਾ ਇੱਕ ਤੋੜ ਲਿਆ ਹੁਣ ਜਿਵੇਂ ਆਪਾਂ ਅੰਗੂਰ ਧੋ ਕੇ ਰੱਖ ਦਿੰਦੇ ਹਾਂ ਜਿਹੜਾ ਵੀ ਰਸੋਈ ਜਾਂਦਾ ਗੇੜਾ ਕੱਢਣ ਜਾਂਦਾ ਉਹ ਦੋ ਚੱਕ ਲਿਆਉਂਦਾ ਹੈ ਐਂ ਦੋ ਦੋ ਕਰਕੇ ਅਸੀਂ ਉਹਨੂੰ ਖਤਮ ਕਰਦੇ ਇੱਕਦਮ ਨਹੀਂ ਖਾਂਦੇ ਖਾਣ ਨੂੰ ਲਿਆ ਦੋ ਤਾਂ ਜੇ ਰੋਟੀ ਵੀ ਨਹੀਂ ਬਣਨੀ ਤੂੰ ਇਹ ਕਰਦੇ ਹੁੰਦੇ ਹੋ ਗਿਆ ਕੀ ਹੋ ਗਿਆ ਟਿੱਡਾ ਟਿੱਡ ਤਾਂ ਮੇਰਾ ਹੋਇਆ ਪਿਆ ਖਾ ਖਾ ਘਟਾਉਣ ਵਾਲਾ ਹੋਇਆ ਪਿਆ 24 ਘੰਟੇ ਚੈਲੰਜ ਕਰਨ ਦੀ ਲੋੜ ਹੀ ਨਹੀਂ ਗੱਲ ਕਰ ਰਹੇ ਸੀ ਕਹਿੰਦੇ ਵੀ ਆਪਾਂ ਇੱਕ ਦਿਨ 24 ਘੰਟੇ ਚੈਲੰਜ ਕਰਦੇ ਆ ਵੀ ਮੇਰੇ ਹਸਬੈਂਡ ਇਜ਼ ਪ੍ਰੈਗਨੈਂਟ ਵੀ ਅਸ ਦੋਨ ਚੈਲੰਜ ਕਰਦੇ ਵੀ ਦੋ ਹਸਬੈਂਡ ਵਾਈਫ ਦੋਨੋਂ ਪ੍ਰੈਗਨੈਂਟ ਹੈ ਵੀ ਉਹ ਵੀ ਬੈਠਣਾ ਉਹ ਵੀ ਖਾਣਾ ਜਿਵੇਂ ਜਿਵੇਂ ਉਹਨੂੰ ਫੀਲ ਹੋ ਰਿਹਾ ਵੀ ਉਹ ਵੀ ਮੈਂ ਸੇਮ ਐਕਟ ਕਰਨਾ ਹੈ ਫਿਰ ਠੀਕ ਕਰ ਰਿਹਾ ਸੀ ਮੈਂ ਐਕਟ ਦਾ ਠੀਕ ਕਰ 24 ਘੰਟੇ ਨਹੀਂ ਪਰ ਮੈਂ ਕਰ ਸਕਦਾ ਔਖਾ 24 ਘੰਟੇ ਔਖਾ ਬਾਕੀ ਤੁਸੀਂ ਦੱਸੋ ਚੈਲੰਜ ਕਰੀਏ ਨਹੀਂ ਇਹ ਮੈਨੂੰ ਕਹਿ ਰਹੀ ਸੀ ਆ ਚੈਲੰਜ ਕਰਦੇ ਆ ਫਨੀ ਚੈਲੰਜ ਅਸੀਂ ਕਰੀਏ ਕਿ ਨਾ ਕਰੀਏ ਓ ਯਾਰ ਸੱਚੀ ਮੇਰਾ ਢਿੱਡ ਕਿੱਡਾ ਹੋਇਆ ਪਿਆ ਹਾਂ ਬਰਗੋ ਕੁਝ ਕਮਰੀ ਕਟਾਵਾ ਯਾਰ ਇਹਨੂੰ ਹਾਂ ਨਾ ਇਹ ਟੀ-ਸ਼ਰਟ 'ਚ ਕੁਝ ਜ਼ਿਆਦਾ ਹੀ ਲੱਗ ਰਿਹਾ ਨਾ ਇਹ ਤਾਂ ਠੀਕ ਹੈ ਕਿੱਥੇ ਗਿਆ ਕਾਰਨ ਇਹ ਸੀ ਜਿਹੜਾ ਅਸੀਂ ਵਲੌਗ ਅਪਲੋਡ ਕਰਨਾ ਸੀਗਾ ਉਹ ਚ ਸੀਗੀ ਇੱਕ ਕਿਸੇ ਬ੍ਰਾਂਡ ਦੀ ਐਡ ਤੇ ਹਲੇ ਤੱਕ ਅਪਰੂਵ ਹੋ ਕੇ ਨਹੀਂ ਆਈ ਮੈਂ ਕਿਹਾ ਉਹ ਪੈ ਗਿਆ ਪੰਗਾ ਅੱਜ ਪਹਿਲੀ ਵਾਰ ਮੈਂ ਪੂਰੇ ਟਾਈਮ ਫਿਰ ਵੀਡੀਓ ਰੈਡੀ ਕਰਕੇ ਰੱਖੀ ਹੋਈ ਸੀ ਵੀ ਐਨ ਟਾਈਮ ਤੇ ਪਾ ਦੂੰਗਾ ਫਿਰ ਉਹੀ ਸੀਨ ਹੋ ਗਿਆ ਉਹ ਬ੍ਰਾਂਡ ਵੱਲੋਂ ਹਲੇ ਤੱਕ ਵੀਡੀਓ ਅਪਰੂਵ ਨਹੀਂ ਹੋਈ ਉਹ ਕਹਿੰਦੇ ਹੁਣ ਕੱਲ ਨੂੰ ਇਹ ਹੋਊਗੀ ਫਿਰ ਫਟਾਫਟ ਕਹਿੰਦੀ ਆਪਾਂ 24 ਘੰਟੇ ਵਾਲਾ ਚੈਲੰਜ ਕਰਦੇ ਹਾਂ 24 ਘੰਟੇ ਫਟੇ ਵੱਟ 'ਚ ਨਹੀਂ ਹੋਣੇ ਹੁੰਦਾ ਪੂਰਾ ਦਿਨ ਚਾਹੀਦਾ ਬਾਕੀ ਅੱਜ ਦੀ ਵੀਡੀਓ ਨੂੰ ਕਰਦੇ ਐਂਡ ਹੋ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਫਨੀ ਜਿਹਾ ਵਲੌਗ ਦੇਖਣਾ ਪਸੰਦ ਹੈਗਾ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਹਾਂ ਠੀਕ ਲੱਗਾ ਫਿਰ ਤੁਸੀਂ ਜ਼ਰੂਰ ਦੱਸਿਓ ਫਿਰ ਤਾਂ ਅਸੀਂ ਕਰ ਲਾਂਗੇ ਨਹੀਂ ਸੀ ਕਰਾਂਗੇ ਫਿਰ ਅਸੀਂ ਨਹੀਂ ਹੋਗੇ ਉਹ ਤਾਂ ਮੈਂ ਕਰਨਾ 24 ਘੰਟੇ ਵਾਲਾ ਚੈਲੰਜ ਮੈਂ ਕਰਨਾ ਅਸੀਂ ਤਾਂ ਤੁਹਾਡਾ ਸਭ ਕੁਝ ਕਰਨੇ ਨਹੀਂ ਤੁਹਾਨੂੰ ਤਾਂ ਵਧੀਆ ਚਲੋ ਠੀਕ ਹੈ ਕਰਦੇ ਇੱਥੇ ਵੀਡੀਓ ਨੂੰ ਐਂਡ ਓਕੇ ਬਾਏ